ਹਾਂ ਜੇ ਮੈਂ ਗਲਤ ਕੰਮ ਕਰਾਂ, ਮੈਂ ਨਸ਼ਾ ਕਰਾਂ ਤਾਂ ਮੇਰੇ 'ਤੇ ਕੋਈ ਵੀ ਐਕਸ਼ਨ ਲਿੱਤਾ ਜਾਵੇ, ਪਰ ਜੇ ਮੈਂ ਕਿਸੇ ਨੂੰ ਪਿਆਰ ਕਰਦੀ ਹਾਂ ਜਾਂ ਕੁਛ ਵੀ ਕਰਦੀ ਹਾਂ ਇਹਦੇ 'ਤੇ ਕੋਈ ਐਕਸ਼ਨ ਨਹੀਂ ਲੈ ਸਕਦਾ, ਕਿਉਂਕਿ ਮੇਰੀ ਇੰਨੀ ਉਮਰ ਹੈਗੀ ਆ ਕਿ ਮੈਂ ਕਿਸੇ ਨਾਲ ਵੀ ਰਹਿ ਸਕਾਂ, ਵਿਆਹ ਕਰਾ ਸਕਾਂ। ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ ਰਹਿਣ ਵਾਲੀ ਨਸ਼ੇ ਦੀਆਂ ਜ਼ੰਜੀਰਾਂ ਨਾਲ ਬੰਨ ਕੇ ਰੱਖੀ ਗਈ ਕੁੜੀ ਦੇ ਮਾਮਲੇ 'ਚ ਹੁਣ ਇੱਕ ਨਵਾਂ ਨਾਟਕੀ ਮੋੜ ਆਇਆ। ਬੀਤੇ ਦਿਨ ਕੁੜੀ ਜ਼ੰਜੀਰਾਂ ਤੋੜ ਕੇ ਨਸ਼ੇ ਦੇ ਸੌਦਾਗਰਾਂ ਨਾਲ ਫੁਰ ਹੋ ਗਈ ਸੀ, ਜਿਸ ਤੋਂ ਬਾਅਦ ਕੁੜੀ ਦੇ ਫਰਾਰ ਹੋਣ ਮਗਰੋਂ ਉਸਦੀ ਮਾਂ ਅਤੇ ਭੈਣ ਨੇ ਉਸਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣਾ ਰਣਜੀਤ ਐਵਨਿਊ 'ਚ ਦਰਜ ਕਰਵਾਈ ਸੀ, ਜਿਸਦਾ ਪਤਾ ਲੱਗਣ 'ਤੇ ਕੁੜੀ ਸਿੱਧਾ ਥਾਣੇ ਪਹੁੰਚ ਗਈ। ਉਸਨੇ ਥਾਣਾ ਰਣਜੀਤ ਐਵਨਿਊ ਦੇ ਮੁਖੀ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਗਈ ਹੈ, ਪਰਿਵਾਰ ਵਾਲੇ ਗਲਤ ਇਲਜ਼ਾਮ ਲਗਾ ਰਹੇ ਨੇ। ਇਸ ਦੌਰਾਨ ਕੁੜੀ ਦੀ ਮਾਤਾ ਅਤੇ ਭੈਣ ਨੇ ਥਾਣੇ ਦੇ ਬਾਹਰ ਜੰਮ ਕੇ ਡਰਾਮਾ ਵੀ ਕੀਤਾ, ਖੁਦ ਨੂੰ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਵੀ ਕੁੜੀ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਨਾ ਹੋਈ। ਤੁਸੀਂ ਦੇਖ ਲਿਆ ਕਿ ਮੇਰੀ ਭੈਣ ਨੇ ਹੁਣੇ ਕੀ ਕੀਤਾ, ਉਹ ਤੁਹਾਨੂੰ ਬਲੈਕਮੇਲ ਕਰ ਰਹੀ ਆ ਤਾਂ ਕਿ ਤੁਸੀਂ ਮੇਰੀ ਸਾਈਡ ਨਾਲ ਲਵੋ। ਉਹ ਆਪਣੇ ਆਪ 'ਤੇ ਤੇਲ ਪਾ ਕੇ ਇੱਦਾਂ ਹੀ ਕਰਦੀ, ਹਮੇਸ਼ਾ ਇੱਦਾਂ ਕਰਦੀ ਆ, ਪਰ ਹੁੰਦਾ ਉਹਨੂੰ ਕੁਛ ਨਹੀਂ। ਠੀਕ ਹੈ ਸਰ, ਹੁਣ ਤੁਸੀਂ ਵੀਡੀਓ ਬਣਾ ਲਈ ਆ, ਉਹ ਕਿੱਦਾਂ ਦੀ ਔਰਤ ਹੈ, ਉਹਦੀਆਂ ਗਾਲਾਂ ਦੀ ਵੀਡੀਓ ਵੀ ਬਣੀ ਹੋਈ ਆ, ਉਹਦੀ ਹਰ ਚੀਜ਼ ਦੀ ਵੀਡੀਓ ਬਣੀ ਹੋਈ ਆ ਜੋ ਕਿ ਇੱਥੇ ਸਰ ਨੇ ਬਣਾਈ ਸੀ। ਮੈਨੂੰ ਨਹੀਂ ਪਤਾ ਉਹ ਨੈੱਟ 'ਤੇ ਪਾਉਣਗੇ ਜਾਂ ਨਹੀਂ ਪਾਉਣਗੇ। ਜਦੋਂ ਮੈਨੂੰ ਕੁੱਟ ਰਹੀ ਸੀ ਨਾ ਹੁਣੇ ਆ ਕੇ ਥਾਣੇ 'ਚ, ਮੈਂ ਬਿਆਨ ਲਿਖਵਾ ਰਹੀ ਸੀ, ਆ ਕੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਗਈ ਔਰ ਕੁੱਟਣ ਲੱਗ ਗਈ ਮੈਡਮ ਨੇ ਬੜੀ ਮੁਸ਼ਕਿਲ। ਹਾਂਜੀ, ਇਹਨਾਂ ਨੇ, ਇਹ ਮੇਰੀ ਸਿਸਟਰ ਨੇ ਮਾਰਿਆ ਪਹਿਲਾਂ। ਹਾਂਜੀ, ਪਹਿਲਾਂ ਵੀ ਇੱਦਾਂ ਹੀ, ਹਮੇਸ਼ਾ ਮੁਹੱਲੇ 'ਚ ਕਈ ਲੋਕ ਇਹਨਾਂ ਤੋਂ ਦੁਖੀ ਆ, ਬਹੁਤ ਸਾਰੇ ਲੋਕ। ਇਹ ਉੱਥੇ ਰਹਿ ਰਹੀ ਹੈ ਫਿਲਹਾਲ ਫਲੈਟਾਂ 'ਚ, ਮੈਂ ਹੁਣ ਇੱਥੇ ਨਹੀਂ ਰਹਿ ਰਹੀ। ਵੈਸੇ ਮੈਂ ਇੱਕ ਦੋ ਫਲੈਟ ਛੱਡ ਕੇ ਮੇਰੀ ਸਿਸਟਰ ਔਰ ਮੇਰੀ ਮੰਮੀ ਇਕੱਠੇ ਰਹਿੰਦੇ ਆ, ਉਹਨਾਂ ਦੇ ਨਾਲ ਰਹਿ ਰਹੀ ਸੀ, ਪਰ ਹੁਣ ਮੈਂ 2 ਦਿਨ ਤੋਂ ਉਹਨਾਂ ਦੇ ਨਾਲ ਨਹੀਂ ਰਹਿ ਰਹੀ ਔਰ ਮੈਂ ਰਹਿਣਾ ਵੀ ਨਹੀਂ ਚਾਹੁੰਦੀ। ਮੈਂ ਚਾਹੁੰਦੀ ਹਾਂ ਕਿ ਮੇਰੀ ਇੰਨੀ ਉਮਰ ਹੈਗੀ, ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀ ਸਕਦੀ ਹਾਂ। ਹਾਂ, ਜੇ ਮੈਂ ਗਲਤ ਕੰਮ ਕਰਾਂ, ਮੈਂ ਨਸ਼ਾ ਕਰਾਂ ਤਾਂ ਮੇਰੇ 'ਤੇ ਕੋਈ ਵੀ ਐਕਸ਼ਨ ਲਿੱਤਾ ਜਾਵੇ, ਪਰ ਜੇ ਮੈਂ ਕਿਸੇ ਨੂੰ ਪਿਆਰ ਕਰਦੀ ਹਾਂ ਜਾਂ ਕੁਛ ਵੀ ਕਰਦੀ ਹਾਂ ਇਹਦੇ 'ਤੇ ਕੋਈ ਐਕਸ਼ਨ ਨਹੀਂ ਲੈ ਸਕਦਾ, ਕਿਉਂਕਿ ਮੇਰੀ ਇੰਨੀ ਉਮਰ ਹੈਗੀ ਆ ਕਿ ਮੈਂ ਕਿਸੇ ਨਾਲ ਵੀ ਰਹਿ ਸਕਾਂ, ਵਿਆਹ ਕਰਾ ਸਕਾਂ ਜਾਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀ ਸਕਾਂ। ਹੁਣੇ ਜਦੋਂ ਮੈਂ ਇੱਥੇ ਆਈ, ਮੈਨੂੰ 3-4 ਘੰਟੇ ਹੋ ਗਏ ਇੱਥੇ ਆਈ ਨੂੰ, ਔਰ ਇਹ ਹੁਣੇ ਥੋੜ੍ਹੀ ਦੇਰ ਪਹਿਲਾਂ ਆਈ, ਆਉਂਦੇ ਹੀ ਇਹਨੇ ਗੰਦੀਆਂ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਠੀਕ ਹੈ, ਦੱਸ ਦਈਏ ਕਿ ਕੁੜੀ ਦੀ ਮਾਂ ਅਤੇ ਭੈਣ ਨੇ ਇਲਾਕੇ ਦੀਆਂ ਔਰਤਾਂ ਸਣੇ ਬੀਤੇ ਦਿਨ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਇਲਜ਼ਾਮ ਲਗਾਇਆ ਸੀ ਕਿ ਉਸਦੀ ਭੈਣ ਨੂੰ ਨਸ਼ਾ ਵੇਚਣ ਵਾਲਿਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ, ਉਸ ਨੂੰ ਨਸ਼ੇ ਦੀ ਡੋਜ਼ ਦੇ ਕੇ ਉਸ ਕੋਲੋਂ ਨਸ਼ਾ ਵਿਕਵਾ ਰਹੇ ਨੇ। ਇਸ ਦੇ ਨਾਲ ਹੀ ਉਸ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਕੇ ਆਪਣਾ ਨਸ਼ੇ ਦਾ ਨੈੱਟਵਰਕ ਵੀ ਚਲਾ ਰਹੇ ਨੇ। ਕੁੜੀ ਦੀ ਭੈਣ ਨੇ ਤਾਂ ਇਲਾਕੇ ਦੇ ਕਾਂਗਰਸੀ ਵਿਧਾਇਕ 'ਤੇ ਵੀ ਨਸ਼ਾ ਵਿਕਵਾਉਣ ਦੇ ਇਲਜ਼ਾਮ ਲਗਾਏ ਸੀ। ਇਹ ਵੀ ਸੁਣਨ 'ਚ ਆ ਰਿਹਾ ਕਿ ਸਾਰੇ ਘਟਨਾਕ੍ਰਮ ਤੋਂ ਬਾਅਦ ਰਣਜੀਤ ਐਵਨਿਊ ਥਾਣੇ ਦੀ ਪੁਲਿਸ ਵੱਡਾ ਕਦਮ ਚੁੱਕਣ ਦੀ ਤਾਕ 'ਚ ਹੈ। ਪੁਲਿਸ ਇਸ ਮਾਮਲੇ 'ਚ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਦੀ ਉਡੀਕ ਕਰ ਰਹੀ ਹੈ, ਪਰ ਦੇਖਣਾ ਇਹੀ ਹੈ ਕਿ ਹੁਣ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪੁਲਿਸ ਕੀ ਕਦਮ ਲੈਂਦੀ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।